ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਫਟੂਰੋ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਅੱਜ ਅਸੀਂ ਇਤਰਾ ਦੇਖਾਂਗੇ ਜਿਹੜਾ ਕਰੰਸੀ ਰੇਟ ਛੇ ਦੇਸ਼ਾਂ ਦੇ ਯੂਰੋ ਦਾ ਅੱਜ ਦਾ ਰੇਟ 86 ਰੁਪਏ 81 ਪੈਸੇ ਯੂਰੋ ਦਾ ਰੇਟ ਜਿਹੜਾ ਨਿਰੰਤਰ ਹੈ ਜਿਉ ਘਟਨਾ ਸ਼ੁਰੂ ਹੋ ਚੁੱਕਾ ਹੈ ਇੱਕ ਇੰਗਲੈਂਡ ਦੇ ਪਾਉਂਡ ਦਾ ਰੇਟ ਅੱਜ ਦਾ 97 ਰੁਪਏ 39 ਪੈਸੇ ਗੱਲ ਕਰ ਲਈਏ ਤੀਸਰੀ ਕਰੰਸੀ ਨਿਊਜ਼ੀਲੈਂਡ ਦਾ 1 ਡਾਲਰ 50 ਰੁਪਏ 36 ਪੈਸੇ ਦੇ ਉੱਤੇ ਚੱਲ ਰਿਹਾ ਹੈ ਚੌਥੀ ਕਰੰਸੀ ਹੈ ਜੀ ਆਪਣੀ ਆਸਟ੍ਰੇਲੀਆ ਦਾ 1 ਡਾਲਰ ਜਰਨ-ਜਰ ਤੇ 18 ਪੈਸੇ ਪੰਜਵੀਂ ਕਰੰਸੀ ਜਿਹੜੀ ਆਪਣਾ ਅਮਰੀਕਾ ਦਾ 1 ਡਾਲਰ 82 ਰੁਪਏ 1 ਪੈਸਾ ਤੇ ਇਸ ਤੋਂ ਅੱਗੇ ਹੈ ਜੀ ਛੇਵੀਂ ਕਰੰਸੀ ਲਾਸਟ ਵਿੱਚ ਕੈਨੇਡੀਅਨ ਡਾਲਰ 58 ਰੁਪਏ 76 ਪੈਸੇ ਇੰਡੀਆ ਦਾ ਰੁਪਇਆ ਜਿਹੜਾ ਹੈ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਬਿਟਕੋਇਨ ਦਾ ਰੇਟ ਵੀ ਘਟ ਕੇ 22311 ਡਾਲਰ ਦੇ ਉੱਤੇ ਆ ਚੁੱਕਾ ਹੈ ਇਹਦੇ ਨਾਲ ਹੀ ਲਾਸਟ ਵਿੱਚ ਦੱਸ ਦਈਏ ਕਿ 1557 ਡਾਲਰ ਜਿਹੜਾ ਅਮਰੀਕਨ ਡਾਲਰ以ਥੀਰੀਅਮ ਦਾ ਰੇਟ ਚੱਲ ਰਿਹਾ ਹੈ ਬਾਕੀ ਗੱਲ ਕਰ ਲਈਏ ਇਟਲੀ ਦੀ ਇਟਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਵੀਰਾਂ ਦੇ ਕਮੈਂਟ ਇੰਡੀਆ ਤੋਂ ਆ ਰਹੇ ਹਨ ਜਿਹੜੇ ਕੀ ਖਾਸ ਕਰ ਜਿੱਦਾਂ ਇੱਕ ਸਹੀ ਸਲਾਹ ਜਿਹੜੀ ਪੁੱਛੀ ਜਾ ਰਹੀ ਹੈ ਕਿਉਂਕਿ ਇੰਡੀਆ ਦੇ ਵਿੱਚ ਬੈਠੇ ਬਹੁਤ ਸਾਰੇ ਲੋਕ ਜਿਹੜੇ ਇਹ ਸੋਚਦੇ ਹਨ ਕਿ ਅਗਰ ਉਹਨਾਂ ਦਾ ਬੱਚੇ ਦਾ ਸ਼ੇਨਗਨ ਵੀਜ਼ਾ ਯੂਰਪ ਦਾ ਲੱਗ ਜਾਂਦਾ ਹੈ ਤਾਂ ਕੀ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਹੈ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਇੱਕ ਹੀ ਗੱਲ ਠੋਸ ਗੱਲ ਦੱਸਾਂਗੇ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਭੇਜਣਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰੋ ਕਿ ਡੋਂਕੀ ਦਾਹੀਂ ਬਿਲਕੁਲ ਨਾ ਭੇਜੋ ਕਿਉਂਕਿ ਜਿਹੜੀ ਜ਼ਿੰਦਗੀ ਹੁੰਦੀ ਹੈ ਜੇ ਸਭ ਤੋਂ ਉੱਪਰ ਹੁੰਦੀ ਹੈ ਤੇ ਪੈਸਾ ਇਸ ਤੋਂ ਬਾਅਦ ਆਉਂਦਾ ਹੈ। ਅਗਰ ਤੁਸੀਂ 2 ਨੰਬਰ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਭੇਜਦੇ ਹੋ ਤੇ ਜਾਨ ਜਾਨ ਦਾ ਵੀ ਖਤਰਾ ਹੁੰਦਾ ਹੈ ਕਿਉਂਕਿ ਜਿਹੜੇ ਏਜੰਟ ਹੁੰਦੇ ਹਨ ਉਹ ਸਿੱਧਾ ਜਾਂ ਸਿੱਧਾ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਦਾ ਕੋਸ਼ਿਸ਼ ਹੁੰਦੀ ਹੈ ਕਿ ਬੰਦੇ ਨੂੰ ਭੇਜਿਆ ਜਾਵੇ। ਉਦੋਂ ਵਾਸਤੇ ਜਿਹੜੇ ਫਾਰਮੂਲੇ ਹਨ ਜੀ ਕੋਈ ਵੀ ਲਾਏ ਜਾ ਸਕਦੇ ਹਨ ਤੇ ਕਈ ਵਾਰ ਇਹੋ ਜਿਹੜੇ ਜਿਹੜੇ ਫਾਰਮੂਲੇ ਲੱਗਦੇ ਹਨ ਇਹਨਾਂ ਵਿੱਚ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ। ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਜਿਹੜੇ ਪਾਣੀ ਦੇ ਵਿੱਚ ਛੇਪਾਂ ਵਗੈਰਾ ਦੇ ਵਿੱਚ ਜਾਂਦੇ ਹਨ ਕਿ ਕਈ ਵੇਟਰਾਲਿਆਂ ਦੇ ਵਿੱਚ ਲਿਆਇਆ ਜਾਂਦਾ ਹੈ ਸਾਹ ਕੁੱਟਣ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਪ੍ਰਵਾਸੀ ਹੁੰਦੇ ਹਨ ਉਹਨਾਂ ਦੀ ਡੈਥ ਹੁੰਦੀ ਹੈ। ਦੂਸਰਾ ਰਸਤਾ ਕਿਹੜਾ ਹੈ ਕਿ ਬਿਲਕੁਲ ਤੁਸੀਂ ਜੈਨੂਇਨ ਤਰੀਕੇ ਦੇ ਨਾਲ ਆਪਣੇ ਬੱਚੇ ਨੂੰ ਭੇਜੋ। ਜਦੋਂ ਇਟਲੀ ਦੀ ਪਿਆ ਜਦੋਂ ਕਿ ਬਾਰ-ਬਾਰ ਹਰ ਸਾਲ ਤੱਕ ਨੂੰ ਪੇਪਰ ਖੋਲਦੇ ਹਨ। ਤੁਸੀਂ ਜਿਹੜੇ ਬੰਦੇ ਆਪਣੇ ਨੂੰ ਭੇਜਣਾ ਹੈ ਬਿਲਕੁਲ ਜਿਹੜਾ ਲੀਗਲ ਤੌਰ ਤੇ ਭੇਜੋ। ਜਿਸ ਦੇ ਥਰੂ ਵੀ ਤੁਸੀਂ ਭੇਜ ਰਹੇ ਹੋ ਉਸ ਦੇ ਨਾਲ ਪੂਰੀ ਗੱਲਬਾਤ ਕਰੋ ਕਿ ਬੱਚੇ ਨੂੰ ਜਿਹੜੀ ਪਰਮੈਸੋਨ ਦੀ ਸਜੂਰ ਨੂੰ ਵੀ ਦਿਵਾਉਣੀ ਹੈ। ਹੁਣ ਗੱਲ ਕਰ ਲਈ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਕਿ ਇਟਲੀ ਦੇ ਵਿੱਚ ਕੰਮਕਾਰ ਕਰਦੇ ਹਨ ਨੌਕਰੀ ਵਗੈਰਾ ਕਰਦੇ ਹਨ ਕਿਸੇ ਫੈਕਟਰੀ ਵਿੱਚ ਜਾਂ ਕਿਤੇ ਵੀ ਜਿਹੜੇ ਤਿੰਨ ਅਲੀ ਕੋਟ ਜਿਹੜੇ ਕਿ ਆਈ ਆਰ ਪੀ ਐਫ ਦੇ ਉੱਤੇ ਆਏ ਹਨ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਦਿੱਤਰਾ ਸਿਉਨੀ ਹੈ ਜੀ ਅੱਗੇ ਨਾਲੋਂ ਕੱਟ ਜਾਵੇਗੀ ਕੋਜ਼ਾ ਕੰਬੀ ਅਕੌਨ ਲਾ ਰਿ ਫੋਰਮਾ ਫਿਸਕਾਲੇ ਮੌਲੀ ਦੇ ਨਾਲ ਜਿਹੜਾ ਫਰਕ ਕੀ ਪਵੇਗਾ ਬੱਸ ਇਹ ਤੁਹਾਨੂੰ ਇੱਥੇ ਦੱਸ ਜੀ ਕਿ ਮਾਰਚ ਮਹੀਨਾ ਜਿਹੜਾ ਕਿ ਚੱਲ ਰਿਹਾ ਹੈ ਤਕਰੀਬਨ ਮਾਰਚ ਦੇ ਅੱਧ ਦੇ ਵਿੱਚ ਇਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਜਿਹੜੇ ਅਲੀ ਕੋਟੇ ਹੁੰਦੇ ਸਨ ਜਿੱਦਾਂ ਕਿ 4 ਤੋਂ 3 ਕਰ ਦਿੱਤੇ ਜਾਣਗੇ ਇਹਦੇ ਬਾਰੇ ਇੱਕ ਜਿਹੜੀ ਗੱਲ ਫੈਲੀ ਹੋਈ ਹੈ ਮਤਲਬ ਕੀ ਹੈ ਕਿ ਰੀ ਵਿਜ਼ਿਟੇਸ਼ਨ ਨੇ ਹੁਣ ਇਹਦੇ ਵਿੱਚ ਜਿਹੜੀ ਸਰਕਾਰ ਹੈ ਜੀ ਤਿੰਨ ਹਿੱਸਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਵੰਡਿਆ ਜਾ ਰਿਹਾ ਹੈ ਜਿਹੜੀ ਲੋਕ ਇਟਲੀ ਦੇ ਵਿੱਚ ਕੰਮ ਕਰਦੇ ਹਨ ਪਹਿਲਾਂ ਇਹਨਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਹੁਣ ਜਿਹੜੀ ਇਟਲੀ ਵਿੱਚ ਫਿਲਹਾਲ ਜਿਹੜੀਆਂ ਫਵਾਵਾਂ ਦੋ ਕੁ ਫਵਾਵਾਂ ਬਹੁਤ ਜ਼ਿਆਦਾ ਫੈਲ ਰਹੀਆਂ ਹਨ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਇਹ ਜੋ ਵੀ ਜਿਹੜਾ ਸਿਸਟਮ ਹੈ ਜੀ ਦੱਸਿਆ ਗਿਆ ਕਿ ਅਗਲੇ ਹਫ਼ਤੇ ਤੱਕ ਇਸ ਨੂੰ ਜਿਹੜੀ ਮਨਜ਼ੂਰੀ ਮਿਲ ਸਕਦੀ ਹੈ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਮਨਜ਼ੂਰੀ ਹੈ ਜੀ ਸ਼ੋਰ ਹੈ ਜਿਸ ਦੇ ਨਾਲੋਂ ਕਹਿੰਦੇ ਹਨ ਕਿ ਲੋਕਾਂ ਨੂੰ ਫਾਇਦਾ ਹੋਵੇਗਾ ਹੁਣ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਜਿੰਨੇ ਵੀ ਇਟਰੀ ਦੇ ਵਿੱਚ ਲੋਕ ਕੰਮ ਕਰਦੇ ਨੇ ਇਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ ਜਿਹੜਾ ਪਹਿਲਾ ਹਿੱਸਾ ਹੈ ਜੀ ਇਸੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਫਾਈਨਲ ਹੈ ਜੇ ਤੱਕ ਇਸ ਚੀਜ਼ ਨੂੰ ਫਾਈਨਲ ਨਹੀਂ ਕੀਤਾ ਗਿਆ ਅਗਲੇ ਹਫ਼ਤੇ ਪੂਰੀ ਤਰ੍ਹਾਂ ਪਤਾ ਲੱਗੇਗਾ ਇਹਦੇ ਜਿਹੜੀ ਪਹਿਲੀ ਸੈਲਫ ਹੈ ਜੀ ਤਿੰਨ ਸੈਲਫਾਂ ਬਣਾਈਆਂ ਗਈਆਂ ਨੇ ਪਹਿਲਾ ਜਿਹੜਾ ਸਕੈਲਾ ਜਾਂ ਸੈਲਫ ਕਹਿ ਲਓ ਉਹਦੇ ਵਿੱਚ 15000 ਯੂਰੋ ਤੋਂ ਲੈ ਕੇ 28000 ਯੂ ਇਹਦੀ ਉੱਤੇ ਜਿਹੜਾ ਟੈਕਸ ਹੈ ਜੀ ਜਿਹੜਾ ਇਹਨਾਂ ਨੇ ਬਣਾਇਆ ਹੈ 23% ਮਤਲਬ ਜੇ ਤੁਸੀਂ 100 ਰੁਪਏ ਦਾ ਕੰਮ ਕਰਦੇ ਹੋ ਤਾਂ 23 ਰੁਪਏ ਜਿਹੜੇ 23 ਯੂਰੋ ਲਾ ਲਓ ਜਾਂ ਰੁਪਏ ਲਾ ਲਓ 23% ਜਿਹੜਾ ਇਸ ਹੈ ਯੂ ਟੈਕਸ ਦੇ ਰੂਪ ਦੇ ਵਿੱਚ ਜਾਵੇਗਾ ਤੇ ਦੂਸਰਾ ਹਿੱਸਾ ਜਿਹੜਾ ਹੈ ਜੀ ਇਹਨਾਂ ਨੇ 28000 ਯੂਰੋ ਤੋਂ ਲੈ ਕੇ 50000 ਯੂਰੋ ਜਿਹੜੇ ਲੋਕ ਇਸ ਰੇਂਜ ਦੇ ਵਿੱਚ ਆਉਂਦੇ ਹਨ ਇਹਨਾਂ ਦੇ ਵਾਸਤੇ ਜਿਹੜਾ ਸਿਸਟਮ ਹੈ ਜੀ 33% ਇਹਨਾਂ ਨੂੰ ਜਿਹੜਾ ਟੈਕਸ ਕਰ ਦਿੰਦਾ ਹੈ ਜਿਹੋ ਜੀ ਫਵਾ ਫੈਲਰੀ ਹੈ ਮਤਲਬ ਇਹ ਅਗਰ 100 ਰੁਪਏ ਦਾ ਕੰਮ ਕਰਦੇ ਹਨ ਤੇ 33 3% ਜਿਹੜਾ ਉਸ ਦਾ ਹਿੱਸਾ ਹੈ ਉਹ ਸਰਕਾਰ ਜਦੋਂ ਕਿ ਟੈਕਸ ਦੇ ਰੂਪ ਦੇ ਵਿੱਚ ਲਵੇਗੀ ਤੇ ਇਸ ਤੋਂ ਅਗਲਾ ਜਿਹੜਾ ਹੈ ਉਹਦੇ ਵਿੱਚ ਇਹਨਾਂ ਨੇ ਜਿਹੜਾ 20000 ਯੂਰੋ ਤੋਂ ਜਿਹੜੇ ਉੱਪਰ ਵਾਲੇ ਲੋਕ ਹੋਣਗੇ ਇਹਨਾਂ ਦੇ ਵਾਸਤੇ 43% ਮਤਲਬ ਕਿ 100 ਰੁਪਏ ਅਗਰ ਕਮਾਇਆ ਤੇ ਉਹਦੇ ਵਿੱਚੋਂ 43 ਰੁਪਏ ਜਿਹੜੇ ਟੈਕਸ ਦੇ ਰੂਪ ਦੇ ਵਿੱਚ ਜਾਣਗੇ ਹੁਣ ਇਹਦੇ ਵਿੱਚ ਕੀ ਹੋਏਗਾ ਕਿ ਬਹੁਤ ਸਾਰੇ ਲੋਕ ਜਿਹੜੇ ਹਨ 28000 ਤੋਂ ਵੀ ਉੱਪਰ ਜਾਂਦੇ ਹਨ ਕਿਉਂਕਿ ਸਰਕਾਰ ਜਿਹੜੀ ਹੈ ਜੀ ਬਹੁਤ ਹੀ ਜ਼ਿਆਦਾ ਸਿਕੰਜਾ ਇਸ ਟਾਈਮ ਕੱਸਿਆ ਜਾ ਰਿਹਾ ਹੈ ਕਿ ਕੋਈ ਵੀ ਜਿਹੜਾ ਵਰਕਰ ਨੈਰੋ ਦੇ ਵਿੱਚ ਪੈਸਾ ਨਾ ਲੈ ਸਕੇ ਫੈਕਟਰੀਆਂ ਵਗੈਰਾ ਨੈਰੋ ਦੇ ਵਿੱਚ ਪੇਮੈਂਟ ਨਾ ਕਰ ਸਕਣ ਕਿਉਂਕਿ ਅਗਰ ਕਿਸੇ ਬੰਦੇ ਨੂੰ ਨੈਰੋ ਦੇ ਵਿੱਚ ਪੈਸੇ ਮਿਲਦੇ ਨੇ ਮਤਲਬ ਕੀ ਹੈ ਕਿ ਬੂਸਤੇ ਪਾ ਕੇ ਤੋਂ ਬਾਹਰ ਬਿਨਾ ਕਿਸੇ ਰਿਕਾਰਡ ਤੋਂ ਤੇ ਉਸ ਦੇ ਬਾਰੇ ਜਿਹੜਾ ਸਰਕਾਰ ਨੂੰ ਪਤਾ ਨਹੀਂ ਲੱਗੇਗਾ ਤੇ ਉਸ ਦੀ ਜਿਹੜੀ ਆਮਦਨ ਬੰਦੇ ਦੀ ਸਰਕਾਰ ਦੀ ਨਜ਼ਰ ਦੇ ਵਿੱਚ ਘਟ ਜਾਵੇਗੀ ਸੋ ਸਰਕਾਰ ਨੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਨਕੀਲ ਕੱਸੀ ਹੈ ਤੇ ਦੂਜੇ ਪਾਸੇ ਅਗਰ ਬੰਦਾ ਓਵਰ ਟਾਈਮ ਲਗਾਉਂਦਾ ਹੈ ਜਾਂ ਆਪਣਾ ਕੰਮ ਕਰਦਾ ਹੈ ਜਿਆਦਾ ਘੰਟੇ ਲਾਉਂਦਾ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਉਹਦੀ ਸੈਲਰੀ ਹੈ ਜੀ ਇੱਕ ਤਾਂ ਉਹਦੀ ਸੈਲਰੀ ਜਿਹੜੀ ਉਸ ਨੂੰ ਇੱਕ ਨੰਬਰ ਦੇ ਵਿੱਚ ਪੈਸੇ ਮਿਲਦੇ ਹਨ ਦੂਸਰਾ ਇਹ ਹੈ ਕਿ ਅਗਰ 28000 ਤੋਂ ਉੱਪਰ ਚਲਾ ਜਾਂਦਾ ਹੈ ਤਾਂ ਸਿੱਧਾ-ਸਿੱਧਾ ਹੀ ਜਿਹੜਾ 10% ਉਸ ਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ 28000 ਤੋਂ ਉੱਪਰ ਬੰਦਾ ਜਾਂਦਾ ਹੈ ਤਾਂ ਉਹਨੂੰ ਕੀ ਹੋਏਗਾ ਕਿ 10% ਇਸ ਦਾ 28000 ਦਾ 10% 2800 ਬਣਦਾ ਹੈ ਇੱਕ ਬੰਦੇ ਦੀ ਜਿਹੜੀ ਆਮਦਨ ਹੈ ਜੀ 27000 ਯੂਰੋ ਤੱਕ ਹੈ ਜਾਂ 27999 ਯੂਰੋ ਤੱਕ ਤੇ ਉਹਦਾ ਜਿਹੜਾ ਦੂਜਾ ਸਾਥੀ ਹੈ ਜੀ 28000 ਯੂਰੋ ਤੋਂ 1 ਯੂਰੋ ਉੱਪਰ ਚੜਾ ਜਾਂਦਾ ਹੈ ਜਿਹਦੇ ਨਾਲ ਹੀ ਉਸ ਨੂੰ ਜਿਹੜਾ 2800 ਯੂਰੋ ਦਾ ਬਾਅਦ ਤੋਂ ਜਿਹੜਾ ਟੈਕਸ ਸਾਲ ਦੇ ਵਿੱਚ ਦੇਣਾ ਪਵੇਗਾ ਹੁਣ ਇਸ ਟਾਈਮ ਦੇ ਵਿੱਚ ਕਿਹੜੇ ਲੋਕ ਜ਼ਿਆਦਾ ਫਾਇਦਾ ਲੈ ਸਕਦੇ ਨੇ ਇਹਦੇ ਵਿੱਚ ਉਹ ਲੋਕ ਜ਼ਿਆਦਾ ਫਾਇਦਾ ਲੈ ਸਕਦੇ ਨੇ ਜਿਹੜੇ ਓਵਰਟਾਈਮ ਵਗੈਰਾ ਘੱਟ ਲਾਉਂਦੇ ਹਨ ਕਿਉਂਕਿ ਜਿਹੜਾ ਉਹਨਾਂ ਦਾ ਸਕਾਲ ਹੈ ਜਿਉਂ ਪਹਿਲੇ ਸਕਾਲ ਦੇ ਵਿੱਚ ਆ ਜਾਣਗੇ 28000 ਤੋਂ ਘੱਟ ਵਾਲੇ ਦੇ ਵਿੱਚ 15000 ਤੋਂ 28 ਵਾਲਾ ਇਹਦੇ ਵਿੱਚ ਜਿਹੜਾ ਟੈਕਸ ਰੇਟ ਹੈ ਜੀ 23% ਇਸ ਚੀਜ਼ ਦਾ ਮਤਲਬ ਅਜੇ ਤੱਕ ਜਿਹੜਾ ਅਫਵਾਹ ਹੀ ਹੈ ਬਾਕੀ ਦੇ ਵਿੱਚ ਕੁਝ ਉੱਪਰ ਥੱਲੇ ਵੀ ਹੋ ਸਕਦਾ ਹੈ ਚਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਗੋਲਿਸਤਾਨ ਇਲਾਕਾ ਪੈਂਦਾ ਹੈ ਜੀ ਠਾਕਾ ਦੇ ਨੇੜੇ ਇਹਦੇ ਵਿੱਚ ਇੱਕ ਇਮਾਰਤ ਜਿਹਦੇ ਵਿੱਚ ਕੀ ਧਮਾਕਾ ਹੁੰਦਾ ਇਸ ਧਮਾਕੇ ਦੇ ਵਿੱਚ 100 ਤੋਂ ਜ਼ਿਆਦਾ ਲੋਕ ਜਿਹੜੇ ਜ਼ਖਮੀ ਹੋਏ ਹਨ ਤੇ 14 ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ ਦੱਸਿਆ ਗਿਆ ਕਿ ਧਮਾਕਾ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਹੈ ਬਾਕੀ ਅਜੇ ਤੱਕ ਧਮਾਕੇ ਦੇ ਕੋਈ ਵੀ ਕਾਰਨਾਂ ਦਾ ਪਤਾ ਨਹੀਂ ਚੱਲਿਆ ਕਿ ਧਮਾਕਾ ਕਿਉਂ ਹੋਇਆ ਹੈ ਚਲਦੇ ਜਾਂ ਆਪਣੀ ਨੈਕਸਟ ਕੋਰ ਤੇ ਨੈਕਸਟ ਕੋ ਜਿਹੜੀ ਆਪਣੀ ਇੱਕ ਨਟੂਨਾ ਇਲਾਕਾ ਪੈਂਦਾ ਹੈ ਜਿਹੜਾ ਕਿ ਇండోਨੇਸ਼ੀਆ ਦੇ ਨਾਲ ਸਬੰਧਤ ਹੈ ਹੋਇਆ ਇਸ ਤਰ੍ਹਾਂ ਕਿ ਇੱਕ ਟਾਪੂ ਸੀ ਤੇ ਉੱਤੇ ਬਹੁਤ ਜ਼ਿਆਦਾ ਮੀਂਹ ਵਗੈਰਾ ਪੈਂਦਾ ਹੈ ਮੀਂਹ ਪੈਣ ਤੋਂ ਬਾਅਦ ਕੀ ਹੁੰਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਜ਼ਮੀਨ ਖਿਸਕਦੀ ਹੈ ਦੋ ਘਟਨਾਵਾਂ ਹੁੰਦੀਆਂ ਹਨ ਜਿਹਦੇ ਵੀ ਦੱਸਿਆ ਗਿਆ ਹੈ ਕਿ ਤਕਰੀਬਨ 42 ਲੋਕ ਜਿਹੜੇ ਹਨ ਲਾਪਤਾ ਹੋ ਜਾਂਦੇ ਹਨ ਹੋਇਆ ਇਸ ਤਰ੍ਹਾਂ ਕਿ ਇੱਕ ਪਹਾੜੀ ਪੈਂਦੀ ਸੀ ਇਹਦੀ ਪਹਾੜੀ ਦੇ ਜਿੱਦਾਂ ਕਿ ਤਰਾਈ ਦੇ ਵਿੱਚ ਇੱਕ ਪਿੰਡ ਸੀ ਇਸ ਪਿੰਡ ਦੇ ਉੱਤੇ ਜਿਹੜਾ ਪਹਾੜੀ ਤੋਂ ਜਿੱਦਾਂ ਕਿਮੀ ਪੈਣ ਦੇ ਨਾਲ ਜਿਹੜੀ ਮਿੱਟੀ ਸੀ ਉਹ ਇੱਕ ਪਾਣੀ ਦਾ ਰੂਪ ਧਾਰ ਕੇ ਪਿੰਡ ਦੇ ਵਿੱਚ ਆਉਂਦੀ ਹੈ ਤੇ ਬਹੁਤ ਸਾਰੇ ਜਿਹੜੇ ਘਰਾਂ ਤੋਂ ਮਿੱਟੀ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਦੱਸਿਆ ਗਿਆ ਹੈ ਕਿ 27 ਘਰ ਜਿਹੜੇ ਸਨ ਬਿਲਕੁਲ ਮਿੱਟੀ ਦੇ ਥੱਲੇ ਦੱਬੇ ਜਾਂਦੇ ਨੇ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 42 ਲੋਕ ਫਸੇ ਹੋਏ ਹੋ ਸਕਦੇ ਹਨ ਬਾਕੀ ਟੋਟਲ ਜਿਹੜੇ 1200 ਲੋਕ ਬੇਗਰ ਹੋ ਚੁੱਕੇ ਹਨ ਇਸ ਟਰੈਜੇਡੀ ਦੀ ਵਜ੍ਹਾ ਦੇ ਨਾਲ ਬਾਕੀ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹਨ ਜਿਦਾਂ ਕਿ ਫੇਸਬੁੱਕ ਦੀ ਵਰਤੋਂ ਕਰਦੇ ਹਨ ਟਵਿੱਟਰ ਇੰਸਟਾਗ੍ਰam ਜਾਂ ਟਿਕਟੌਕ ਦੀ ਵੀ ਵਰਤੋਂ ਕਰਦੇ ਹਨ ਇਹ ਜਿਹੜੀ ਚੀਜ਼ਾਂ ਬਣਾਈਆਂ ਗਈਆਂ ਨੇ ਇਸੇ ਕਰਕੇ ਬਣਾਈਆਂ ਗਈਆਂ ਹਨ ਕਿ ਤਾਂਕਿ ਜਿਹੜੇ ਬੰਦੇ ਦਾ ਐਂਟਰਟੇਨਮੈਂਟ ਹੋ ਸਕੇ ਉਹਦੇ ਗਿਆਨ ਦੇ ਵਿੱਚ ਵਾਧਾ ਹੋਵੇ ਤੇ ਜਿਹੜੇ ਕਾਰੋਬਾਰੀ ਲੋਕ ਹਨ ਉਹ ਆਪਣਾ ਕਾਰੋਬਾਰ ਵਗੈਰਾ ਵਧਾ ਸਕਣ ਜਿਹੜੇ ਇਦਾਂ ਕਿ ਇੱਕ ਟੂਲ ਬਣ ਚੁੱਕੇ ਹਨ ਤੇ ਲੋਕ ਇਹਨਾਂ ਨੂੰ ਆਪੋ ਆਪਣੇ ਹਿਸਾਬ ਦੇ ਨਾਲ ਵਰਤਦੇ ਹਨ ਪਰੰਤੂ ਹੁਣ ਹੋ ਕੀ ਰਿਹਾ ਹੈ ਕਿ ਜਿਹੜੇ ਕੁਝ ਤੇਜ਼ ਲੋਕ ਹੁੰਦੇ ਹਨ ਸ਼ੈਤਾਨ ਲੋਕ ਹੁੰਦੇ ਹਨ ਉਹ ਜਿਹੜੇ ਬੜਾ ਦਿਮਾਗ ਲਾਉਂਦੇ ਹਨ ਤੇ ਇਹਨਾਂ ਚੀਜ਼ਾਂ ਦਾ ਸਾਧਨਾਂ ਦਾ ਜਿਹੜਾ ਫਾਇਦਾ ਲੈਂਦੇ ਹਨ ਤੇ ਜਿਹੜੇ ਲੋਕ ਬਿਲਕੁਲ ਮਾਸੂਮ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਜਿਨੂੰ ਆਪਾਂ ਕਹਿ ਸਕਦੇ ਹਾਂ ਕਿ ਭੋਲੇ-ਭਾਲੇ ਲੋਕ ਉਹ ਕਈ ਵਾਰ ਜਿਹੜੇ ਸ਼ੈਤਾਨ ਲੋਕਾਂ ਦਾ ਜਿਹੜਾ ਕੀ ਸ਼ੈਤਾਨੀ ਦਾ ਗਰਾਸ ਬਣਦੇ ਹਨ شریف ਲੋਕਾਂ ਦੇ ਨਾਲ ਧੋਖਾ ਹੁੰਦਾ ਹੈ ਇਸ ਤਰ੍ਹਾਂ ਹੁਣ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਹੋ ਰਿਹਾ ਹੈ ਇਟਲੀ ਵਿੱਚ ਵੀ ਕਾਫੀ ਜਿਹੜੀਆਂ ਸ਼ਿਕਾਇਤਾਂ ਇਹੋ ਜਿਹੀਆਂ ਮਿਲੀਆਂ ਹਨ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਇਹ ਜਿਹੋ ਜਿਹੇ ਪਲੇਟਫਾਰਮ ਹਨ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਲੋਕਾਂ ਨੂੰ ਕੁਝ ਲੋਕਾਂ ਦੇ ਵੱਲੋਂ ਜਿੱਦਾਂ ਕਿ ਫਰੈਂਡਸ਼ਿਪ ਦੀ ਆਫਰ ਫੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਸ਼ੁਰੂ ਹੋ ਜਾਂਦਾ ਹੈ ਫਿਰ ਉਹਨਾਂ ਨਾਲ ਇਹੋ ਜਿਹੀਆਂ ਗੱਲਾਂបਾਤਾਂ ਕੀਤੀਆਂ ਜਾਂਦੀਆਂ ਹਨ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੇ ਅੰਤ ਦੇ ਵਿੱਚ ਜਿਹੜੀ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਸਾਵਧਾਨ ਰਹਿਣ ਦੀ ਲੋੜ ਹੈ ਇਟਲੀ ਵਿੱਚ ਵੀ ਅਜਿਹੇ ਕੰਮ ਹੋ ਰਿਹਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਤੁਸੀਂ ਵੀਡੀਓ ਦੇਖੀ ਸਾਰੇ ਦਾ ਧੰਨਵਾਦ ਕਰਦੇ ਹਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਹੈ ਜੀ ਸਿੱਧੀ ਤੁਹਾਡੇ ਤੱਕ ਪਹੁੰਚੇ ਵੀਡੀਓ ਦੇਖੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ